ਹਰਵਿੰਦਰ ਹਾਂਜੀ ਯਾਰ ਤੂੰ ਹਰੇ ਭਾਂਡੇ ਧੋਈ ਜਾਂਦੀ ਆ ਤੇ ਰੋਟੀ ਦਾ ਬਸ ਬਣਾਉਣ ਲੱਗੀ ਆ ਹੁਣੇ ਮੈਂ ਬਣਾਉਂਦੀ ਆ ਯਾਰ ਬਹੁਤ ਭੁੱਖ ਲੱਗੀ ਆ ਸਮਝਿਆ ਕਰ ਯਾਰ ਬਣਾਉਣੀ ਆ ਤੇ ਜਵਾਕਾਂ ਨੇ ਕਦੋਂ ਤੱਕ ਨਾ ਬਸ ਆ ਫੋਨ ਵੱਜ ਗਿਆ ਮੈਂ ਲੈ ਕੇ ਆਉਣਾ ਉਹ ਦੱਸਤਾ ਦੇਖ ਕੀ ਗੱਲ ਹੋਈ ਆ ਤੂੰ ਦੱਸ ਹੈ ਕੀ ਹੋਇਆ ਕੀ ਦੱਸ ਮੈਂ ਗਲਤ ਦੱਸ ਉਹ ਗੱਲ ਤਾਂ ਦੱਸ ਕੀ ਹੋਈ ਆ ਤੂੰ ਦੱਸ ਦੇ ਕਿਹੜਾ ਹੁਣ ਦੱਸ ਤੂੰ ਦੱਸ ਪੁੱਤ ਕੀ ਹੋਇਆ ਹੈ ਕੀ ਹੋਇਆ ਦਸ਼ੂ ਆ ਕੋਲ ਦਸ਼ੂ ਹੈਲੋ ਗੱਲ ਹੀ ਕਰ ਰਹੀ ਮੈਨੂੰ ਓਏ ਕੋਈ ਦੱਸੂਗਾ ਮੈਨੂੰ ਕੀ ਹੋਇਆ ਕੀ ਹੋਇਆ ਦੱਸ ਮੈਨੂੰ ਕੀ ਹੋਇਆ ਦੱਸੇਗੀ ਕੀ ਹੋਇਆ ਕੁਛ ਨਹੀਂ ਹੋਇਆ ਮੈਨੂੰ ਦੱਸ ਕੀ ਹੋਇਆ ਕੋਈ ਗੱਲ ਵੀ ਆ ਸਕੂਲੇ ਕਿਸੇ ਨੇ ਕੁਛ ਕਿਹਾ ਮੈਨੂੰ ਮੈਡਮ ਨੇ ਮਾਰਿਆ ਬੋਲ ਹੈਲੋ ਬੋਲੋ ਮੈਡਮ ਨੇ ਮਾਰਿਆ ਹੋਮਵਰਕ ਨਹੀਂ ਕੀਤਾ ਫਿਰ ਕੀ ਹੋਇਆ ਫਿਰ ਕਿਹੋ ਜਿਹੀ ਗੱਲ ਦੱਸੋ ਕੀ ਗੱਲਾਂ ਹੋ ਰਹੀਆਂ ਨੇ ਪਿਓ ਧੀ ਚ ਯਾਰ ਇਹਨੂੰ ਨਾ ਕਿਸੇ ਨੇ ਕੁਛ ਕਿਹਾ ਜੇਸ਼ੂ ਕੀ ਹੋਇਆ ਪੁੱਤ ਮੈਨੂੰ ਤਾਂ ਦੱਸਦੀ ਨੀ ਪਈ ਹੈਗੀ ਤੂੰ ਪੁੱਛ ਕੇ ਦੇਖ ਲੈ ਮੂਡ ਤਾਂ ਨਹੀਂ ਖਰਾਬ ਕੀਤਾ ਹੋਇਆ ਕੀ ਗੱਲ ਹੋਈ ਰਾਜੇ ਹੈਲੋ ਤੂੰ ਦੱਸ ਕੀ ਹੋਇਆ ਜੇਸ਼ੂ ਮੰਮਾ ਨੂੰ ਨੀ ਦੱਸਣਾ ਕੀ ਹੋਇਆ ਪੁੱਤ ਤੁਹਾਨੂੰ ਕਿਸੇ ਨੇ ਕੁਛ ਕਿਹਾ ਵਾ ਮਾਰਿਆ ਕਿਸੇ ਨੇ ਫਿਰ ਕੀ ਗੱਲ ਹੋਈ ਆ ਦੱਸੋ ਮੰਮਾ ਨੂੰ ਓਏ ਹੈਲੋ ਕੀ ਹੋਇਆ ਦੱਸੋਗੇ ਮੰਮੀ ਅੱਜ ਸਕੂਲੇ ਰੱਖੜੀ ਮਨਾਈ ਸੀ ਅੱਜ ਤੁਸੀਂ ਸਕੂਲੇ ਬੱਚਿਆਂ ਨੂੰ ਰੱਖੜੀ ਬੰਨ੍ਹਦੇ ਦੇਖਦੇ ਆ ਸਾਰੀਆਂ ਕੁੜੀਆਂ ਰੱਖੜੀਆਂ ਲੈ ਕੇ ਆਈਆਂ ਸੀ ਇੱਕ ਮੈਂ ਹੀ ਸੀ ਇਕੱਲੀ ਨਾਲੇ ਪਿਛਲੀ ਰੱਖੜੀਆਂ ਦੀਆਂ ਗੱਲਾਂ ਕਰਨੀਆਂ ਸੀ ਮੇਰੇ ਵੀਰੇ ਮੈਨੂੰ ਆ ਦਿੱਤਾ ਸੀ ਮੇਰੇ ਵੀਰੇ ਨੇ ਮੈਨੂੰ ਉਹ ਦਿੱਤਾ ਸੀ ਸਾਨੂੰ ਕੀ ਮਿਲਿਆ ਬਾਬਾ ਜੀ ਸਾਡੇ ਨਾਲ ਐਂ ਕਿਉਂ ਕਰਦੇ ਆ ਮੰਮੀ ਮੈਨੂੰ ਵੀਰਾ ਚਾਹੀਦਾ ਰੱਖੜੀ ਬੰਨ੍ਹਣ ਦਾ ਮਤਲਬ ਪਤਾ ਤੁਹਾਨੂੰ ਕੀ ਹੁੰਦਾ ਰੱਖਿਆ ਕਰਨੀ ਹਰ ਮੁਸ਼ਕਿਲ ਕੰਮ ਦੇ ਵਿੱਚ ਸਾਥ ਦੇਣਾ ਭੈਣ ਦਾ ਹਰ ਇੱਕ ਲੋੜ ਪੂਰੀ ਕਰਨੀ ਤੁਹਾਡੀ ਲੋੜ ਕੌਣ ਪੂਰੀ ਕਰਦਾ ਪਾਪਾ ਫਿਰ ਤੁਸੀਂ ਪਾਪਾ ਦੇ ਰੱਖੜੀ ਕਿਉਂ ਨਹੀਂ ਬੰਨ ਸਕਦੇ ਇਹ ਵੀ ਇਹੀ ਕਹਿੰਦੀ ਆ ਸਾਨੂੰ ਵੀਰਾ ਚਾਹੀਦਾ ਸਾਨੂੰ ਵੀਰਾ ਲੈ ਕੇ ਦਊਂਗੀ ਕੋਈ ਗੱਲ ਨਹੀਂ ਪੁੱਤ ਲਿਆਵਾਂਗੇ ਵੀਰਾ ਹੁਣੇ ਚਾਹੀਦਾ ਅਸੀਂ ਰੱਖੜੀ ਬੰਨ ਲੈਣੀ ਆ ਜਸਮੀਤ ਜਿੱਦ ਨਹੀਂ ਕਰਦੇ ਹੁੰਦੇ ਹੁਣੀ ਮੈਂ ਕਿੱਥੋਂ ਲੈ ਕੇ ਆਵਾਂ ਕਿਉਂ ਮੈਨੂੰ ਵੀ ਤਾਂ ਲੈ ਕੇ ਆਈ ਸੀ ਤੁਸੀਂ ਇੱਕ ਕੰਮ ਕਰੋ ਪਾਪਾ ਨਾਲ ਹੋਸਪਿਟਲ ਜਾਓ ਮੈਨੂੰ ਵੀ ਉੱਥੇ ਹੀ ਲੈ ਕੇ ਆਉਂਦਾ ਸੀ ਵੀਰਾ ਵੀ ਉੱਥੇ ਹੀ ਲੈ ਕੇ ਆਓ ਕਿੰਨਾ ਬੋਲਦੀ ਆ ਇਹ ਕੌਣ ਸਿਖਾਉਂਦਾ ਇਹਨੂੰ ਇਹ ਗੱਲਾਂ ਮੈਂ ਨਹੀਂ ਹੈਂਡਲ ਕਰ ਸਕਦਾ ਯਾਰ ਤੂੰ ਹੈਂਡਲ ਕਰ ਜਸਮੀਤ ਜਿੱਦ ਨਹੀਂ ਕਰੀਦੀ ਹੁੰਦੀ ਤੂੰ ਇਕੱਲੀ ਨਹੀਂ ਹੈਗੀ ਜਿਹਦੇ ਵੀਰਾ ਨਹੀਂ ਹੈਗਾ ਅਸੀਂ ਵੀ ਚਾਰ ਭੈਣਾਂ ਮੇਰੇ ਵੀ ਕੋਈ ਵੀਰਾ ਨਹੀਂ ਪਤਾ ਨਾ ਤੈਨੂੰ ਇਸ ਗੱਲ ਦਾ ਮੈਂ ਹਮੇਸ਼ਾ ਆਪਣੇ ਪਾਪਾ ਦੀ ਰੱਖੜੀ ਮੰਨਦੀ ਹੁੰਦੀ ਹਾਂ ਇਸ ਦੁਨੀਆਂ ਦੇ ਵਿੱਚ ਬਹੁਤ ਲੋਕ ਨੇ ਜਿਨ੍ਹਾਂ ਦੇ ਕੋਲ ਵੀਰਾ ਨਹੀਂ ਹੈਗਾ ਤੇ ਬਹੁਤ ਵੀਰੇ ਇਹੋ ਜਿਹੇ ਨੇ ਜਿਨ੍ਹਾਂ ਦੇ ਕੋਲ ਭੈਣ ਨਹੀਂ ਹੈਗੀ ਮੈਨੂੰ ਤਾਂ ਵੀਰਾ ਹੀ ਚਾਹੀਦਾ
क्यों जिद कर रही है तू? मैं कहा ना पापा की रखड़ी बन्या करो। मैं भी अपने पापा की रखड़ी बन दी है ना, तुसी भी अपने पापा की रखड़ी बन्या करो। मैं अपने पापा की बननी, तुसी अपने पापा ने बनने ना बन लो। मैं अपने बीरे से ही बननी आ। कित्थो लेके आवां मैं बीरा, दसो तुसी। हॉस्पिटल तो लिया फिर। जे हॉस्पिटल तो लिया हुंदा ना, मेरी मां ना लियांदी। ओनू करदा लै आउणा सी असी, जे एदा बीरा मिलदा हुंदा। तुसी पापा नू कहता कि मैं तुहाडी रखड़ी नहीं बननी, पापा नू किन्नी तकलीफ होई होनी आ। हरमिंदर। हां जी मैं आउणी आ। चल चुप कर, मैं हुणी आउणी आ, ठीक है? देख मेरे तो नहीं लेने देख हुंदे इदां। एक काम कर, आपां मनप्रीत नू फोन कर दिंदे आ, ओह अपना मुंडा लेके उरी आ जूगी, नाले चार दिन रह जूगी मेरे कोले। दो छुट्टियां ने, नाले मैं भी रखड़ी बना लूंगा उहदे कोलों, ते नाले मुंडा होऊगा इत्थे। आपां जवाकां नू ऐ कह दांगे कि मनराज असीं रखदे, ते जवाकां नू आपां दस्सांगे नहीं। बाद दे विच दो चार दिनां बाद जदों स्कूल जाण लग गए, रखड़ी नक निकल गई, उदों अपने आप कुछ ना कुछ करके समझा लेंगे। सानू झूठ बोल दे हो। ओह बुआ दा मुंडा, मैनू मेरा बीरा चाहिदा, मैनू मेरा बीरा दो। बोल दी कि नहीं दो? बोलते कि पापा कितो लेके आवा मैं, समझ नहीं आती थोनू, कोई मजाक है? जे बंदे दे हाथ विच हुंदा ना तो असी भी चार भैन, केड़ी भैन चाहनी कि ओहदे भरा ना हो। जे ऐदा मिलदा हुंदा तो पापा कदा बीरा लै आउंदे? जो वाहेगुरु मेहर करूंगा ना उदो मिल जूगा वीरा। रोने हो ना तुसी, एनी जिद कर रहे हो ना, जे तुसी यही रोन की थां दे उत्ते अरदास करो ना तो तुहानू सब कुछ मिल जूगा। तुसी मेरे पिछे पिछे अरदास करो, ठीक है? हाथ जोड़ के कहो, हे वाहेगुरु, हे वाहेगुरु, रखड़ी दे त्योहार तो कोई भाई भैन वांझा ना रहे, रखड़ी दे त्योहार तो कोई भाई भैन वांझा ना रहे। ਜਿਨ੍ਹਾਂ ਭੈਣਾਂ ਕੋਲ ਵੀਰ ਨੀ ਉਹਨਾਂ ਨੂੰ ਵੀਰ ਮਿਲ ਜੇ, ਜਿਨ੍ਹਾਂ ਭੈਣਾਂ ਕੋਲ ਵੀਰ ਨੀ ਉਹਨਾਂ ਨੂੰ ਵੀਰ ਮਿਲ ਜਾਵੇ, ਤੇ ਜਿਨ੍ਹਾਂ ਵੀਰਾਂ ਕੋਲ ਭੈਣ ਨੀ ਉਹਨਾਂ ਨੂੰ ਭੈਣ ਮਿਲ ਜਾਵੇ, ਜਿਨ੍ਹਾਂ ਵੀਰਾਂ ਕੋਲ ਭੈਣ ਨੀ ਉਹਨਾਂ ਨੂੰ ਭੈਣ ਮਿਲ ਜਾਵੇ। ਹੇ ਵਾਹਿਗੁਰੂ ਸੱਚਿਆ ਪਾਤਸ਼ਾਹ, ਹੇ ਵਾਹਿਗੁਰੂ ਸੱਚਿਆ ਪਾਤਸ਼ਾਹ, ਪੁੱਤਰ ਮਿੱਠੜੇ ਮੇਵੇ ਰੱਬ ਸਭ ਨੂੰ ਦੇਵੇ, ਪੁੱਤਰ ਮਿੱਠੜੇ ਮੇਵੇ ਰੱਬ ਸਭ ਨੂੰ ਦੇਵੇ। ਕੋਈ ਗੱਲ ਨੀ, ਵਾਹਿਗੁਰੂ ਆਪਾਂ ਨੂੰ ਵੀ ਵੀਰਾ ਦਊਗਾ, ਆਪਾਂ ਵੀ ਅਗਲੀਆਂ ਰੱਖੜੀਆਂ ਵੀਰੇ ਦੇ ਹੀ ਬੰਨਾਂਗੇ। ਸਾਡੇ ਸਾਰੇ ਸਰੋਤਿਆਂ ਨੂੰ ਰੱਖੜੀ ਦੀਆਂ ਬਹੁਤ ਬਹੁਤ ਮੁਬਾਰਕਾਂ। ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਕਰਿਓ, ਅਸੀਂ ਇੱਦਾਂ ਦੇ ਮੈਸੇਜ ਲੈ ਕੇ ਆਉਂਦੇ ਰਵਾਂਗੇ। ਤੇ ਲਾਈਕ ਜ਼ਰੂਰ ਕਰ ਦਿਓ, ਸਬਸਕ੍ਰਾਈਬ ਵੀ ਜ਼ਰੂਰ ਕਰ ਦਿਓ, ਤੇ ਘੰਟੇ ਦਾ ਬਟਨ ਵੀ ਦੱਬਣਾ ਨਾ ਭੁੱਲਿਓ, ਤਾਂ ਕਿ ਸਾਡੀ ਵੀਡੀਓ ਪੈਣ ਤੇ ਤੁਹਾਨੂੰ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਆ ਜਾਵੇ।